ਨਮਸਕਾਰ ਦੋਸਤੋ ਤੁਹਾਡੇ ਆਪਣੇ YouTube ਚੈਨਲ ਇਲੈਕਟ੍ਰੀਕਲ ਗਿਆਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਪੀਐਸਪੀਸੀਐਲ ਦੁਆਰਾ ਕੱਢੀ ਗਈ ਰਿਕਰੂਟਮੈਂਟ ਬਾਰੇ ਇਹ ਰਿਕਰੂਟਮੈਂਟ ਦੋ ਪੋਸਟਾਂ ਦੇ ਬਾਰੇ ਹੈਗੀ ਇੱਕ ਏਐਸਐ ਦੀ ਪੋਸਟ ਹੈਗੀ ਜੀ ਦੂਜੀ ਹੈਗੀ ਟੈਕ ਮਕੈਨਿਕਸ ਦੀ ਪੋਸਟ ਇਹ ਦੋ ਪੋਸਟਾਂ ਕੱਢੀਆਂ ਨੇਗੀ ਪੀਐਸਪੀਸੀਐਲ ਨੇ ਬਹੁਤ ਹੀ ਵੱਡੀ ਖੁਸ਼ਖਬਰੀ ਹੈਗੀ ਕਿੰਨਾ ਵਾਸਤੇ ਸਟੂਡੈਂਟਸ ਵਾਸਤੇ ਜਿਨ੍ਹਾਂ ਨੇ ਈਸੀਈ ਦੇ ਵਿੱਚ ਕੁਆਲੀਫਿਕੇਸ਼ਨ ਹੈਗੀ ਕਵਾਲੀਫਿਕੇਸ਼ਨ ਆਪਾਂ ਅੱਗੇ ਦੇਖਾਂਗੇ ਤਾਂ ਮੇਨ ਜਿਹੜਾ ਇਹਦੇ ਵਿੱਚ ਹਾਈਲਾਈਟ ਆ ਦੇਖੋ ਇਲੈਕਟ੍ਰੀਕਲ ਵਾਲਿਆਂ ਵਾਸਤੇ ਹਰ ਵਾਰੀ ਪੋਸਟਾਂ ਨਿਕਲਦੀਆਂ ਨੇ ਇਹ ਸਾਲ ਤਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਸਟੂਡੈਂਟਸ ਵਾਸਤੇ ਇੱਕ ਗੋਲਡਨ ਈਅਰ ਹੈਗਾ ਤੋਂ ਜੋ ਦੋ ਪੋਸਟਾਂ ਨੇਗੇ ਜਈ ਦੀਆਂ ਗੱਡੀਆਂ ਗਈਆਂ ਨੇ ਅਲੱਗ-ਅਲੱਗ ਜਈ ਸਬਸਟੇਸ਼ਨ ਤੇ ਜਈ ਇਲੈਕਟ੍ਰੀਕਲ ਇੱਕ ਪੋਸਟ ਅਲੱਗ ਤੋਂ ਐਸਐਸਏ ਦੀ ਆਗੀ ਤਾਂ ਤਿੰਨ-ਤਿੰਨ ਚਾਂਸਿਸ ਨੇਗੇ ਕਿਸੇ ਨਾ ਕਿਸੇ ਜੌਬ ਦੇ ਵਿੱਚ ਤਾਂ ਜਿਹੜਾ ਬੱਚਾ ਪੜ੍ਹੂਗਾ ਉਹ ਅੜ ਕੇ ਜਾਊਗਾ ਜਿਹੜਾ ਸincerely ਤਿਆਰੀ ਕਰੂ ਅੜ ਕੇ ਜਾਊਗਾ ਇਹ ਜਿਹੜੀ ਸਟਾਰਟਿੰਗ ਹੋ ਪਹਿਲਾ ਡੇਟਸ ਯਾਦ ਕਰ ਲਓ 5 ਤਿੰਨ ਤੋਂ 5 ਤਿੰਨ ਤੋਂ ਇਹ ਸਟਾਰਟ ਹੋ ਰਹੀ ਹੈਗੀ ਤੇ 26 ਤਿੰਨ ਤੱਕ ਇਹ ਭਰੀ ਜਾਣੀ ਆ। ਕਈ ਪੋਸਟਾਂ ਦੇ ਬਾਰੇ ਕੀ ਕੀ ਗੱਲ ਹੈ ਉਹ ਆਪਾਂ ਅੱਗੇ ਵੀਡੀਓ ਦੇ ਵਿੱਚ ਦੇਖਾਂਗੇ। ਸਭ ਤੋਂ ਪਹਿਲੀ ਗੱਲ ਤਾਂ ਹੈਗੀ ਆ ਬੱਚੇ ਜਿਹੜੀਆਂ ਪੋਸਟਾਂ ਨੇਗੀਆਂ 408 ਪੋਸਟਾਂ ਨੇਗੀਆਂ। ਟੈਕ ਮੈਕੈਨਿਕ ਦੀਆਂ 25 ਪੋਸਟਾਂ ਨੇਗੀਆਂ। ਟੋਟਲ ਪੋਸਟਾਂ ਨੇਗੀਆਂ ਕੈਟਾਗਰੀ ਵਾਈਜ਼ ਜਿਹੜੀਆਂ ਪੋਸਟਾਂ ਨੇ ਉਹ ਅੱਗੇ ਨੇਗੀਆਂ। ਕੈਟਾਗਰੀ ਵਾਈਜ਼ ਤੁਸੀਂ ਆਪਣੇ ਆਪ ਇਹਦੇ ਵਿੱਚ ਦੇਖ ਸਕਦੇ ਹੋ। ਇਹਦੇ ਵਿੱਚ ਜਿਹੜੀ ਹਾਈਲਾਈਟ ਹੈਗਾ ਹਾਈਲਾਈਟ ਹੈਗਾ राजे ਵੂਮਨ ਦਾ ਜਿਹੜੀਆਂ ਲੜਕੀਆਂ ਨੇਗੀਆਂ ਉਹਨਾਂ ਵਾਸਤੇ ਅਲੱਗ ਤੋਂ ਪੋਸਟਾਂ ਰਿਜ਼ਰਵ ਕੀਤੀਆਂ ਗਈਆਂ ਨਹੀਂ ਗੀਆਂ 38 ਪੋਸਟਾਂ ਲੱਗ ਤੋਂ ਨੇ ਜਰਨਲ ਦੇ ਵਿੱਚ ਤੋਂ ਉਹਨਾਂ ਦਾ ਨਾਮ ਆਏ ਸਕਦਾ 38 ਪੋਸਟਾਂ ਅਲੱਗ ਵੀ ਨਹੀਂ ਗੀਆਂ ਉਹਨਾਂ ਵਾਸਤੇ ਜਿਹੜੀਆਂ ਲੜਕੀਆਂ ਤਾਂ ਜਰਨਲ ਦੇ ਵਿੱਚ ਕੰਸੀਡਰ ਹੋ ਗਈਆਂ ਅਲੱਗ ਨੇਗੀਆਂ ਜਿਨ੍ਹਾਂ ਦੇ ਵੱਧ ਮਾਰਕਸ ਆਏ 38 ਲੜਕੀਆਂ ਨੂੰ ਲੱਗ ਤੋਂ ਮਿਲੇਗਾ ਆਪਾਂ ਨੂੰ ਪਤਾ ਈਸੀਈ ਦੇ ਵਿੱਚ ਕਾਫੀ ਲੜਕੀਆਂ ਨੇ ਜਿਹੜੀਆਂ ਉਹ ਈਸੀ ਦੇ ਵਿੱਚ ਜਿਹੜੀ ਡਿਪਲੋਮਾ ਜਾਂ ਪੀਟਾ ਕੀਤੀ ਹੋਈ ਆ ਤਾਂ ਡਿਪਲੋਮੇ ਵਾਲੀਆਂ ਲੜਕੀਆਂ ਜਿਨ੍ਹਾਂ ਵਾਸਤੇ ਅੱਜ ਤੱਕ ਕੋਈ ਪੋਸਟ ਨਹੀਂ ਹੈਗੀ ਸੀ ਭਰਨ ਵਾਸਤੇ ਸਿਰਫ ਸਿਰਫ ਉਹਨਾਂ ਵਾਸਤੇ ਨੋ ਟੈਕਨੀਕਲ ਪੋਸਟਾਂ ਸੀਗੀਆਂ ਜਿਹਦੇ ਵਿੱਚ ਬਹੁਤ ਜ਼ਿਆਦਾ ਕੰਪੀਟੀਸ਼ਨ ਹੁੰਦਾ ਉਹਨਾਂ ਵਾਸਤੇ ਇਹ ਬਹੁਤ ਵੱਡੀ ਖੁਸ਼ਖਬਰੀ ਹੈਗੀ ਤਾਂ ਸਰ ਰਿਕਰੂਟਮੈਂਟ ਨੂੰ ਸੀਰੀਅਸਲੀ ਲੋ ਇਹਦੇ ਬਾਰੇ ਤਿਆਰੀ ਸ਼ੁਰੂ ਕਰੋ ਪ੍ਰੋਪਰ ਜਿਹੜੇ ਬੱਚੇ ਨੇ ਐਸਐਸਸੀ ਦੀ ਪੋਸਟ ਭਰਨੀ ਹੈਗੀ ਸਭ ਤੋਂ ਪਹਿਲੀ ਐਲੀਜੀਬਿਲਟੀ ਹੈਗੀ ਉਹਦੇ ਵਾਸਤੇ ਆਈਟੀਆਈ ਇਲੈਕਟ੍ਰੀਕਲ ਮਿਨੀਮਮ 60% ਮਾਰਕਸ ਸਭ ਦੇ ਹੈਗੇ ਐਂਡ ਐਂਡ ਲਿਖਿਆ ਔਰ ਨਹੀਂ ਲਿਖਿਆ ਪਲੱਸ 2 ਸਾਲ ਦਾ ਪ੍ਰੈਨਸ਼ਿਪ ਐਕਸਪੀਰੀਅੰਸ ਸਰਟੀਫਿਕੇਟ ਹੋਣਾ ਚਾਹੀਦਾ ਪੀਐਸਪੀਸੀਐਲ ਦੁਆਰਾ ਇਹ ਪਹਿਲਾਂ 2 ਸਾਲ ਦੀ ਜੇ ਕਿਸੇ ਕੋਲੇ ਪ੍ਰੈਨਸ਼ਿਪ ਹੈਗੀ 1 ਸਾਲ ਵਾਲੀ ਪ੍ਰੈਨਸ਼ਿਪ ਇਹਦੇ ਵਿੱਚ ਵੈਲਿਡ ਨਹੀਂ ਹੈਗੀ 2 ਸਾਲ ਦੀ ਪ੍ਰੈਨਸ਼ਿਪ ਹੋਣੀ ਚਾਹੀਦੀ 1 ਸਾਲ ਵਾਲੀ ਬਈ ਦੇ ਵਾਸਤੇ ਵੈਲਿਡ ਨਹੀਂ ਹੈਗੀ ਪਹਿਲੀ ਗੱਲ ਆਈਟੀ ਵਾਲੇ ਬੱਚੇ ਇਕੱਲੇ ਆਈਟੀ ਵਾਲੇ ਤਾਂ ਭਰ ਹੀ ਨਹੀਂ ਸਕਦੇ ਹੈਗੇ ਇਹਨੂੰ ਆ ਪ੍ਰੈਨਸ਼ਿਪ ਚਾਹੀਦੀ ਹੈਗੀ ਦੂਜੀ ਗੱਲ ਫੁੱਲ ਰੈਗੂਲਰ ਡਿਪਲੋਮਾ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ 60% ਦੇ ਨਾਲ ਜਿਨ੍ਹਾਂ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਆ ਉਹ ਤਾਂ ਸਿਲਵਰ 2024 ਵਿੱਚ ਖਾਸ ਕਰ ਇਸ ਤੋਂ ਪਹਿਲਾਂ ਇੰਨੀਆਂ ਪੋਸਟਾਂ 2015-16 ਦੇ ਵਿੱਚ ਆਈਆਂ ਸੀਗੀਆਂ ਦੂਜਾ ਦੂਜਾ ਫੁੱਲ ਟਾਈਮ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਹੁਣ ਤੱਕ ਲਿਖਿਆ ਆਉਂਦਾ ਸੀਗਾ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇਲੈਕਟ੍ਰੋਨਿਕਸ ਦੇ ਕੇ ਹਰੇਕ ਬੱਚਾ ਪੁੱਛਦਾ ਸੀ ਭਰ ਸਕਦੇ ਆ ਭਰ ਸਕਦੇ ਆ ਪਰ ਇਸ ਵਾਰੀ ਪਹਿਲੀ ਵਾਰੀ ਹੋਇਆਗਾ ਵੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਲਿਖ ਕੇ ਆਇਆ ਹੋਵੇ 60% ਬਾਕੀ ਦੇ ਨਾਲ ਬਹੁਤ ਬੱਚੇ ਇਹ ਜਿੰਨੇਗੇ ਜਿਹੜੇ ਪੀਐਸਪੀਸੀਐਲ ਦੇ ਵਿੱਚ ਆਲਰੇਡੀ ਜੌਬ ਕਰ ਰਹੇ ਨੇਗੇ ਜਿਨ੍ਹਾਂ ਨੇ ਤਿਆਰੀ ਕਰ ਲਈ ਸੀਗੀ ਪੀਐਸਪੀਸੀਲ ਦੇ ਵਿੱਚ ਇਲੈਕਟ੍ਰੋਨਿਕਸ ਵਾਲੇ ਬੱਚੇ ਜੌਬ ਕਰ ਰਹੇ ਨੇ ਏਐਸਐਸਏ ਦੀ ਪੋਸਟ ਦੇ ਉੱਪਰ ਤਾਂ ਪਲੀਜ਼ ਜਿਨ੍ਹਾਂ ਨੇ ਈਸੀਈ ਦਾ ਮੈਂ ਦੁਬਾਰਾ ਲਿਖਣ ਲੱਗਿਆ ਈਸੀਈ ਦਾ ਡਿਪਲੋਮਾ ਕੀਤਾਗਾ ਬੱਚੇ ਉਹ ਇਸ ਪੋਸਟ ਨੂੰ ਜ਼ਰੂਰ ਭਰਿਓ ਇਹਦੀ ਤਿਆਰੀ ਜ਼ਰੂਰ ਕਰਿਓ ਇਹਦਾ ਸਿਲੇਬਸ ਕੀ ਹੋਊਗਾ ਕੀ ਪੜਨਾਗਾ ਉਹ ਵੀ ਤੁਹਾਨੂੰ ਮੈਂ ਵੀਡੀਓ ਦੇ ਐਂਡ ਦੇ ਵਿੱਚ ਦੱਸਾਂਗਾ ਤੀਜਾ ਹੈਗਾ ਜੀ ਆ ਬੱਚਿਆਂ ਨੂੰ ਵਿਚਾਰਾਂ ਨੂੰ ਕੋਈ ਨਹੀਂ ਪੁੱਛਦਾ ਇਨਸਟਰੂਮੈਂਟੇਸ਼ਨ ਐਂਡ ਪ੍ਰੋਸੈਸ ਕੰਟਰੋਲ ਦੇ ਵਿੱਚ ਜਿਨ੍ਹਾਂ ਨੇ 60% ਮਾਰਕਸ ਲਏਗੇ ਜਿਵੇਂ ਲੰਗੋਵਾਲ ਦੇ ਵਿੱਚ ਇਨਸਟਰੂਮੈਂਟੇਸ਼ਨ ਦਾ ਡਿਪਲੋਮਾ ਹੁੰਦਾ ਹੈਗਾ ਬਹੁਤ ਘੱਟ ਕਾਲਜ ਇਸ ਦੇ ਵਿੱਚ ਹੁੰਦਾ ਹੈਗਾ ਬਠਿੰਡੇ ਵਿੱਚ ਇੱਕ ਪੋਲੀਟੈਕਨਿਕ ਹੈਗਾ ਉਹਨਾਂ ਵਾਸਤੇ ਵੀ ਇਹ ਪੋਸਟ एलिਜੀਬਲ ਆ ਤਾਂ ਬੱਚਿਓ ਕੋਸ਼ਿਸ਼ ਕਰੋ ਕਿ ਇਲੈਕਟ੍ਰੀਕਲ ਵਾਸਤੇ ਤਾਂ ਬਹੁਤ ਪੋਸਟਾਂ ਨੇ ਜਿਹੜੇ ਆਹ ਦੋ ਨੇ ਈਸੀਈ ਤੇ ਇਨਸਟਰੂਮੈਂਟੇਸ਼ਨ ਇਹ ਤਾਂ ਦਿਨ ਰਾਤ ਇੱਕ ਕਰ ਦੋ ਬੱਚੇ ਇਹ ਮਸਾ ਪੋਸਟਾਂ ਆਉਂਦੀਆਂ ਤੁਹਾਡੇ ਵਾਸਤੇ ਤੁਹਾਨੂੰ ਵੀ ਪਤਾਗਾ ਤੁਹਾਡੀ ਆਪਣੀ ਟ੍ਰੇਡ ਦੇ ਵਿੱਚ ਹੋਰ ਕਦੇ ਕੋਈ ਪੋਸਟ ਨਹੀਂ ਆਈ ਹੈਗੀ ਲਓ ਜੀ ਇਹਦੇ ਵਾਸਤੇ ਕੀ ਹੈਗਾ ਹਰੇਕ ਬੱਚਾ ਜਿਹੜਾ ਵੀ ਪੋਸਟ ਪੜ੍ਹੂਗਾ ਐਟ ਲੀਸਟ ਮੈਟ੍ਰਿਕਿਉਲੇਸ਼ਨ ਤੱਕ ਉਹਨੂੰ ਪੰਜਾਬੀ ਆਉਣੀ ਚਾਹੀਦੀ ਹੈਗੀ 10ਵੀਂ ਤੱਕ 10ਵੀਂ ਦੇ ਵਿੱਚ ਉਹਨੂੰ ਪੰਜਾਬੀ ਦਾ ਸਬਜੈਕਟ ਹੋਣਾ ਚਾਹੀਦਾ ਹੈਗਾ ਆਦਰਵਾਇਜ਼ 10ਵੀਂ ਤੱਕ ਦੀ ਪੰਜਾਬੀ ਭਾਸ਼ਾ ਦੇ ਵਿੱਚ ਉਹਦੇ ਕੋਲੇ ਸਰਟੀਫਿਕੇਟ ਹੋਣਾ ਚਾਹੀਦਾ ਜਿਹੜਾ ਵੀ ਸਰਟੀਫਿਕੇਟ ਹੋਊਗਾ ਉਹ ਲਾਸਟ ਡੇਟ ਆਫ ਅਪਲੀਕੇਸ਼ਨ ਸਬਮਿਸ਼ਨ ਆਫ ਆਨਲਾਈਨ ਅਪਲੀਕੇਸ਼ਨ ਦੇ ਵਿੱਚ ਤੋਂ ਪਹਿਲਾਂ ਪਹਿਲਾਂ ਲਾਸਟ ਡੇਟ ਹੈ ਕਿੰਨੀ ਸੀਗੀ ਲਾਸਟ ਡੇਟ ਕਿੰਨੀ ਸੀਗੀ 26 ਤਾਂ 26 ਤਰੀਕ ਤੋਂ ਪਹਿਲਾਂ-ਪਹਿਲਾਂ ਤੁਹਾਡੇ ਕੋਲੇ ਆ ਪਾਸ ਭਾਸ਼ਾ ਵਿਭਾਗ ਵੱਲੋਂ ਜੇ ਤੁਸੀਂ 10th ਦੇ ਵਿੱਚ ਤੁਹਾਡੇ ਕੋਲੇ ਇੰਗਲਿਸ਼ ਦਾ ਸੌਰੀ ਪੰਜਾਬੀ ਦਾ ਸਬਜੈਕਟ ਨਹੀਂ ਹੈਗਾ ਸੀਗਾ ਤਾਂ ਆਹ ਲਾਸਟ ਡੇਟ ਤੱਕ ਤੁਹਾਨੂੰ ਸਰਟੀਫਿਕੇਸ਼ਨ ਲੈਣੀ ਜ਼ਰੂਰੀ ਆ। ਉਮਰ ਜਿਹੜੀ ਆ ਕਿ 37 ਸਾਲ ਉਮਰ ਆ ਕਿ ਬੱਚੇ ਰਿਜ਼ਰਵ ਕੈਟਾਗਰੀਜ਼ ਵਾਸਤੇ ਇਹ ਜਿਹੜੀ ਉਮਰ ਆ ਗਈ ਉਹ ਵੱਧ ਆ ਗਈ। ਜਿਵੇਂ ਕਿ SC BC ਵਾਸਤੇ 5 ਸਾਲ ਹੋਰ ਐਡ ਕਰ ਲਓ। ਤਾਂ 37 37 5 ਕਿੰਨੇ ਹੋਗੇ 42 ਸਾਲ ਤੱਕ ਦੇ ਉਮਰ ਵਾਲੇ ਬੱਚੇ ਭਰ ਸਕਦੇ ਇਹਨੂੰ ਬੱਚੇ ਤਾਂ ਕਾਨੂੰ ਸਿਆਣੇ ਬਣੇ ਭਰ ਸਕਦੇ ਐ ਇਹਨੂੰ ਠੀਕ ਆ ਅਗਲੀ ਗੱਲ ਅਗਲੀ ਗੱਲ ਹੈਗੀ ਹੈ ਜੀ ਤੁਹਾਡੀ ਐਕਸ ਸਰਵਿਸ ਇਸ ਤੋਂ ਬਾਅਦ ਹੈਗਾ ਫਿਜ਼ੀਕਲ ਹੈਂਡੀਕੈਪ ਨੇ ਜਿਹੜੇ ਉਹਨਾਂ ਨੂੰ 10 ਸਾਲ ਦੀ ਰਿਲੈਕਸੇਸ਼ਨ ਦਿੱਤੀ ਗਿਆ 47 ਸਾਲ ਤੱਕ ਭਰ ਸਕਦੇ ਨੇਗੇ ਉਹ ਓਕੇ ਜਿਹੜੇ ਵਿਡੋਸ ਨੇਗੇ ਉਹਨਾਂ ਨੂੰ 40 ਇਅਰ ਦਿੱਤੇ ਗਏ ਨੇਗੇ ਜਿਹੜੀਆਂ ਵਿਡੋਸ ਨੇ ਵਿਡੋਸ ਨਹੀਂ ਹੈ ਜਿਹੜੀਆਂ ਓਨਲੀ ਦੋਸ ਕੈਡੀਡੇਟਸ ਹੂ ਫੁੱਲਫਿਲ ਦ ਕ੍ਰਾਈਟੇਰੀਆ ਕੁਆਲੀਫਿਕੇਸ਼ਨ ਮਤਲਬ ਡਿਪਲੋਮਾ ਜਿਹੜਾ ਜਿਹੜਾ ਉਹਨਾਂ ਨੇ ਕਿਹਾਗਾ ਏਜ ਇਹ ਸਾਰੀਆਂ ਚੀਜ਼ਾਂ ਨੇ ਜਿਹੜੇ ਸੀਆਰਏ ਦੇ ਵਿੱਚ ਮੈਂਸ਼ਨ ਨੇ ਉਹ ਜ਼ਰੂਰੀ ਹੋਣੀਆਂ ਚਾਹੀਦੀਆਂ ਉਹੀ ਇਹ ਭਰ ਸਕਦੇ ਐਪਲੀਕੇਸ਼ਨ ਬਾਕੀ ਦੂਜੇ ਸਾਰੇ ਰਿਜੈਕਟ ਕਰ ਦਿੱਤੇ ਜਾਣਗੇ ਜਿਹੜੇ-ਜਿਹੜੇ ਬੱਚਿਆਂ ਨੇ ਡਿਪਲੋਮਾ ਬੀਟੈਕ ਜੋ ਵੀ ਕੀਤਾ ਹੋਇਆ ਡਿਪਲੋਮਾ ਕੀਤਾ ਹੋਇਆ ਚਾਹੇ ਆਈਟੀ ਕੀਤੀ ਹੋਈ ਹੈਗੀ ਉਹ ਸਾਰੇ ਬੱਚੇ ਜਿਹੜੇ ਉਹਨਾਂ ਦਾ ਪ੍ਰੂਫ ਆ ਜਿਹੜਾ ਆਨਲਾਈਨ 26 ਤਿੰਨ ਤੋਂ ਪਹਿਲਾਂ-ਪਹਿਲਾਂ ਉਹਨਾਂ ਕੋਲ ਉਹ ਉਹਦੀ ਡਿਗਰੀ ਦਾ ਪ੍ਰੂਫ ਹੋਣਾ ਚਾਹੀਦਾ ਠੀਕ ਹੈ ਜੋ ਵੀ ਇਹਦੇ ਵਿੱਚ ਅਪੀਅਰ ਹੋ ਰਹੇ ਹੈਗੇ ਜਿਨ੍ਹਾਂ ਦਾ ਰਿਜ਼ਲਟ ਵੇਟਡ ਹੈਗਾ ਦੇਖੋ ਬੱਚੇ ਰਿਜ਼ਲਟ ਵੇਟਡ ਦਾ ਮਤਲਬ ਪਰਸੂਇੰਗ ਨਹੀਂ ਹੁੰਦਾ ਮੇਰੇ ਕੋਲੇ ਬਹੁਤ ਬੱਚਿਆਂ ਦੇ ਫੋਨ ਆਉਂਦੇ ਆਗੇ ਵੀ ਅਸੀਂ ਜੀ ਬੀ ਟੈਕ ਦਾ ਹਜੇ 3rd ਇਅਰ ਦੇ ਵਿੱਚ ਆਗੇ ਜਾਂ ਡਿਪਲੋਮੇ ਦੇ ਅਸੀਂ 6th ਸੈਮੈਸਟਰ ਦੇ ਵਿੱਚ ਆਗੇ ਤਾਂ ਤੁਹਾਡਾ ਰਿਜ਼ਲਟ ਵੇਟਡ ਨਹੀਂ ਹੈਗਾ ਤੁਸੀਂ ਪਰਸੂਇੰਗ ਹੋਗੇ ਜਿੰਨਾ ਦਾ ਕੰਪਲੀਟ ਹੋ ਚੁੱਕਿਆਗਾ ਪੇਪਰ ਦੇ ਚੁੱਕੇ ਦੇਗੇ ਪਰ ਦਿੱਤਾ ਹੋਇਆਗਾ ਰਿਜ਼ਲਟ ਵੇਟਡ ਹੈਗਾ ਇਹ ਜਿਹੜੇ ਜਿਹੜੇ ਬੱਚੇ ਨੇਗੇ ਬਟ देयर ਰਿਜ਼ਲਟ ਦੇ ਕੈਨ ਆਲਸੋ ਅਪਲਾਈ ਉਹ ਅਪਲਾਈ ਕਰ ਸਕਦੇ ਨੇਗੇ ਰਿਕਵੈਸਟ ਉਹਨਾਂ ਦਾ ਜਿਹੜੀ ਸਰਟੀਫਿਕੇਟ ਨੇਗੇ ਲਾਸਟ ਡੇਟ ਆਫ ਸਬਮਿਸ਼ਨ ਆਨਲਾਈਨ ਇੱਥੇ ਤੱਕ ਉਹਨਾਂ ਕੋਲੇ ਹੋ ਜਾਣੇ ਚਾਹੀਦੇ ਹੈਗੇ ਉਹਨਾਂ ਕੋਲੇ 26 ਤਿੰਨ ਤੱਕ ਉਹਨਾਂ ਕੋਲੇ ਜਿਹੜੇ ਉਹਨਾਂ ਦੇ ਸਰਟੀਫਿਕੇਟ ਆ ਹੋਣੇ ਚਾਹੀਦੇ ਨੇ ਜੇ ਰਿਜ਼ਲਟ ਉਹਨਾਂ ਕੋਲੇ ਹੋਣਾ ਚਾਹੀਦਾ ਓਏ ਰਿਜ਼ਲਟ ਜਿੰਨਾ ਦਾ ਡਿਕਲੇਅਰ ਹੋ ਗਿਆਗਾ ਪਰ ਸਰਟੀਫਿਕੇਟ ਨਹੀਂ ਹੈਗਾ ਉਹ ਕੋਈ ਦਿੱਕਤ ਨਹੀਂ ਹੈਗੀ ਜਿੱਦ ਦੇ ਰਿਜ਼ਲਟ ਆਇਆ ਤੁਹਾਡਾ ਉਹ ਡੇਟ ਤੁਹਾਡੀ ਕਨਸੀਡਰ ਕੀਤੀ ਜਾਊ ਵੀ ਤੁਹਾਡੀ ਡਿਗਰੀ ਪੂਰੀ ਆ ਮੰਨ ਲਓ 26 ਤਿੰਨ ਤੋਂ ਪਹਿਲਾਂ 25 ਤਿੰਨ ਤੱਕ ਜਿਨ੍ਹਾਂ ਦੇ ਰਿਜ਼ਲਟ ਕੰਪਲੀਟ ਨੇਗੇ ਵੀ ਅਸੀਂ ਪਾਸ ਆਂਗੇ ਉਹ ਸਾਰੇ ਜਾਣੇ ਮੰਨੇ ਜਾਣਗੇ ਚਾਹੇ ਉਹਨਾਂ ਕੋਲੇ ਸਰਟੀਫਿਕੇਟ ਹੈਗੇ ਆ ਚਾਹੇ ਨਹੀਂ ਹੈਗੇ ਠੀਕ ਹੈ ਜੀ ਲਾਸਟ ਡੇਟ ਤੱਕ ਦੀ ਕਹਿੰਦੇ ਵੇਟ ਨਾ ਕਰਿਓ ਲਾਸਟ ਡੇਟਾਂ ਦੇ ਵਿੱਚ ਜਿਹੜਾਗਾ ਰਸ਼ ਵੱਧ ਜਾਂਦਾਗਾ ਪੀਐਸਪੀਸੀਐਲ ਦੀ ਸਾਈਟ ਹੈਂਗ ਹੋ ਜਾਂਦੀ ਹੈਗੀ ਦਿੱਕਤ ਆ ਸਕਦੀ ਹੈਗੀ ਪਹਿਲਾਂ ਪਰਾਂ ਦੀ ਕੋਸ਼ਿਸ਼ ਕਰੋ ਸਾਰੇ ਕੈਟਾਗਰੀ ਵਾਲੇ 200 ਪਲੱਸ 216 ਰੁਪਏ 1416 ਰੁਪਏ ਆਗੇ ਜਨਰਲ ਕੈਟਾਗਰੀ ਵਾਸਤੇ ਤੇ ਬਾਕੀ ਜਿਹੜੀਆਂ ਕੈਟਾਗਰੀਜ਼ ਨੇਗੇ ਉਹਨਾਂ ਵਾਸਤੇ 885 ਰੁਪਏ ਨੇ ਓਕੇ ਜੀ ਇਹ ਫੀਸ ਦਿੱਤੀ ਆਗੀ ਤਾਂ ਹੀ ਤੁਹਾਡੀ ਐਪਲੀਕੇਸ਼ਨ ਦਾ ਕੋਈ ਬੋਲਾ ਰਹੇ ਫੀਸ ਜਦੋਂ ਆਪਾਂ ਐਪਲੀਕੇਸ਼ਨ ਫਿਲ ਕਰ ਦਿੰਨੇ ਆ ਬਾਅਦ ਚ ਫੀਸ ਵੀ ਨਾਲ ਦੀ ਨਾਲ ਦਿਓ ਇੱਕ ਵਾਰੀ ਫੀਸ ਭੇਜੀ ਗਈ ਉਹ ਤੁਹਾਡੇ ਗਏ ਪੈਸੇ ਜੇ ਦੋ ਪੋਸਟਾਂ ਵਾਸਤੇ ਭਰਨਾਗਾ ਧਿਆਨ ਰੱਖੋ ਦੋ ਵਾਰੀ ਫੀਸ ਭਰਨੀ ਪਊਗੀ ਵਨ ਮੈਂਸ਼ਨਡ ਜਿੰਨੇ ਟਾਈਬ ਜਿੰਨੀਆਂ ਵੀ ਰਜੇ ਪੋਸਟਾਂ ਹੈਗੀਆਂ ਓਨੀਆਂ ਹੀ ਤੁਹਾਨੂੰ ਵਾਰ ਫੀਸ ਭਰਨੀ ਪਊਗੀ ਲਾਲੇ ਨੇਗੇ ਉਹਨਾਂ ਵਾਸਤੇ ਟੋਟਲ ਚਾਰ ਪੋਸਟਾਂ ਆਗੀਆਂ ਤਾਂ ਉਹ ਚਾਰੇ ਦੀਆਂ ਚਾਰ ਪੋਸਟਾਂ ਦੀ ਫੀਸ ਅਲੱਗ-ਅਲੱਗ ਭਰਨਗੇ ਇੱਕ ਫੀਸ ਦੇ ਨਾਲ ਦੋ ਪੇਪਰਾਂ ਦੇ ਵਿੱਚ ਨਹੀਂ ਬੈਠਾ ਜਾ ਸਕਦਾ ਓਕੇ ਜੀ ਜਿੰਨੀ ਵੀ ਰਿਜ਼ਰਵੇਸ਼ਨ ਆਈ ਉਹ ਸਿਰਫ ਔਰ ਸਿਰਫ ਪੰਜਾਬ ਦੇ ਬੱਚਿਆਂ ਵਾਸਤੇ ਹੈਗੇ ਬਾਹਰ ਦੇ ਬੱਚਿਆਂ ਨੂੰ ਜਨਰਲ ਦੇ ਵਿੱਚ ਕਨਸਿਡਰ ਕੀਤਾ ਜਾਊਗਾ ਕੈਟਾਗਰੀ 1 ਸਿਲੈਕਟਡ ਹੈ ਵਾਇਦਾ ਕਰੋ ਇੱਕ ਵਾਰੀ ਜਿਹੜੀ ਸਿਲੈਕਟ ਹੋ ਗਈ ਵਿਲ ਨਾਟ ਚੇਂਜ ਇਨ ਐਨੀ ਸਰਕਮਸਟੈਂਸਸ ਇੱਕ ਵਾਰੀ ਸੋਚ ਕੇ ਭਰ ਲਓ ਜਿਹੜੇ ਜਰਨਲ ਵਾਲੇ ਬੱਚੇ ਜਾਂ ਈ ਡਬਲਯੂ ਵਾਲੇ ਬੱਚੇ ਬੱਚੇ ਜਿਹੜੇ ਕਨਫਿਊਜ਼ ਰਹਿੰਦੇ ਨੇਗੇ ਕਿ ਅਸੀਂ ਕਿਹਦੇ ਵਿੱਚ ਭਰੀਏ ਏਜ ਭਰੀਏ ਏਜ ਭਰੀਏ ਉਹ ਇੱਕ ਵਾਰੀ ਡਿਸਾਈਡ ਭਰ ਕੇ ਭਰੋ ਚਾਹੇ ਜਰਨਲ ਚ ਭਰੋ ਚਾਹੇ ਕਿਤੇ ਵੀ ਭਰੋ ਇੱਕ ਵਾਰੀ ਡਿਸਾਈਡ ਹੋਊਗਾ ਬਾਅਦ ਦੇ ਵਿੱਚ ਚੇਂਜ ਨਹੀਂ ਹੋਊਗਾ ਪਾਰਟ 1 ਪਾਰਟ 1 ਦੇ ਵਿੱਚ ਜੇ 50 ਨੰਬਰ ਦਾ ਪੰਜਾਬੀ ਦੀ ਗ੍ਰਾਮਰ ਪੰਜਾਬੀ ਦੇ ਮੁਹਾਵਰੇ ਪੰਜਾਬੀ ਦੀਆਂ ਜਿਹੜੀਆਂ ਪੰਕਤੀਆਂ ਨੇਗੀਆਂ ਹਨਾ ਪੰਜਾਬੀ ਦੇ ਟੈਂਸ ਨੇ ਜਿਹੜੇ ਵਿਸ਼ੇਸ਼ਣ ਹਨਾ ਕਿਰਿਆ ਸਾਰਾ ਕੁਝ ਇਹ ਪੰਜਾਬੀ ਦੇ 50 ਨੰਬਰ ਦਾ ਪੇਪਰ ਹੋਊਗਾ 50 ਦੇ ਵਿੱਚੋਂ 25 ਨੰਬਰ ਲੈਣੇ ਆ ਜਿਹੜੇ 50% ਮਾਰਕਸ ਹੈ ਜਿਹੜੇ ਉਹ ਬਹੁਤ ਜ਼ਰੂਰੀ ਨੇ ਜਿਹਦਾ ਪਾਰਟ 1 ਕਲੀਅਰ ਨਾ ਹੋਇਆ ਉਹਨੂੰ ਆਹ ਕੁਐਸਚਨਾਂ ਚਾਹੇ ਉਹਨਾਂ ਦੇ 100 ਦੇ ਵਿੱਚੋਂ 100 ਆ ਜਾਣ ਉਹਨੂੰ ਨਹੀਂ ਰੱਖਿਆ ਜਾਊਗਾ ਤੱਕ ਟੋਟਾ ਟ ਪੰਜਾਬ ਜੈਕਟਿਟਾਈਪ ਦੇ ਵਿੱਚੋਂ 50% ਮਾਰਕਸ ਲੈਣੇ ਬਹੁਤ ਜ਼ਰੂਰੀ ਆ ਚੰਗੀ ਗੱਲ ਇਹ ਹੈਗੀ ਇਹਦੀ ਚੰਗੀ ਗੱਲ ਇਹ ਆ ਵੀ ਪੰਜਾਬੀ ਦੇ ਵਿੱਚ ਕੋਈ ਵੀ 네ਗੇਟਿਵ ਮਾਰਕਿੰਗ ਨਹੀਂ ਹੈਗੀ ਦੇਰ ਵਿਲ ਬੀ ਨੋ 네ਗੇਟਿਵ ਮਾਰਕਿੰਗ 50 ਦੇ 50 ਕੁਐਸਚਨ ਦੇ ਵਿੱਚੋਂ ਜੇ ਤੁਹਾਨੂੰ 40 ਆਉਂਦੇ ਆ 10 ਦੇ ਵਿੱਚ ਤੁਸੀਂ ਟਿੱਕਾ ਲਾਈ ਜਾਓ ਜੇ ਦੋ ਵੀ ਸਹੀ ਹੋ ਗਏ ਤੁਹਾਨੂੰ ਦੋ ਨੰਬਰ ਮਿਲ ਜਾਣਗੇ ਇਹਦੇ ਵਿੱਚ ਕੋਈ 네ਗੇਟਿਵ ਮਾਰਕਿੰਗ ਨਹੀਂ ਹੈਗਾ ਸਿਰਫ ਪਾਰਟ 1 ਦੀ ਗੱਲ ਕਰ ਰਿਹਾ ਮੈਂ ਇਹ ਕਹਿੰਦਾ ਜਿਹੜੇ ਕੁਐਸਚਨਸ ਨੇ ਤੁਹਾਡੇ ਉਹ ਬਾਈ ਲੈਂਗੁਅਲ ਹੋਣਗੇ ਪੰਜਾਬੀ ਤੇ ਇੰਗਲਿਸ਼ ਜੇ ਹਾਂ ਕੋਈ ਕੁਐਸਚਨ ਹੀ ਪੰਜਾਬੀ ਵਾਲਾ ਹੈਗਾ ਉਹਨੂੰ ਪੰਜਾਬੀ 'ਚ ਲਿਖਿਆ ਜਾ ਸਕਦਾ ਉਹ ਇੰਗਲਿਸ਼ 'ਚ ਨਹੀਂ ਲਿਖਿਆ ਜਾਣਾ ਉਹ ਤੁਹਾਨੂੰ ਪਹਿਲਾਂ ਸਿਲੈਕਟ ਕਰਨਾ ਪਏਗਾ ਕਿ ਤੁਸੀਂ ਪੰਜਾਬੀ 'ਚ ਲੈਣਾ ਕਿ ਇੰਗਲਿਸ਼ 'ਚ ਲੈਣਾ ਪਾਰਟ 2 ਹੈਗਾ ਉਹਦੇ ਵਿੱਚ 100 ਕੁਐਸਚਨਸ ਨੇਗੇ 100 ਦੇ ਵਿੱਚੋਂ 70 ਕੁਐਸਚਨ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਪੁੱਛੇ ਜਾਣਗੇ ਜਿਹੜੇ ਤੁਹਾਡੇ ਟੈਕਨੀਕਲ ਕੁਐਸਚਨ ਨੇਗੇ ਠੀਕ ਹੈ ਜਿਹੜੇ ਤੁਹਾਡੇ ਜੀਕੇ ਦੇ ਨੇ ਉਹ 10 ਕੁਐਸਚਨ ਨੇਗੇ ਜਿਹੜੇ ਹੈਗੇ ਨੇ ਰੀਜ਼ਨਿੰਗ ਦੇ ਉਹ 10 ਨੇ ਤੇ 10 ਹੈਗੇ ਇੰਗਲਿਸ਼ ਦੇ ਬੱਚੇ ਟੈਕਨੀਕਲ 70 ਨੰਬਰ ਹੈਗਾ 10 ਜੀ ਕੇ ਆ ਇਹ ਜਿਹੜਾ ਪੇਪਰ 2 ਹੈਗਾ 100 ਨੰਬਰ ਦਾ ਜਿਹੜਾ ਕੁਐਸਚਨ ਹੈਗੇ ਇਹਨਾਂ ਦੇ ਵਿੱਚ ਪਾਰਟ 2 ਦੇ ਵਿੱਚ ਬੱਚੇ 네ਗਟਿਵ ਮਾਰਕਿੰਗ ਹੈਗੀ ਆ ਤੁਹਾਡੀ ਦੇਖੋ ਬੱਚੇ ਨੇ ਪ੍ਰੋਪਰ ਲਿਖਿਆ ਪਾਰਟ 2 ਵਿਲ ਕੈਰੀ 1 ਮਾਰਕ ਇੱਕ ਸਹੀ ਕਿਹਾ ਇੱਕ ਨੰਬਰ ਮਿਲੇਗਾ ਤੇ 0.25 ਕੱਟੇ ਜਾਣਗੇ ਜੇ 네ਗਟਿਵ ਮਾਰਕਿੰਗ ਹੋਈ ਤਾਂ ਯਾਦ ਰੱਖਿਓ ਇਹ ਕੁੱਲ ਘੰਟੇ 3 ਘੰਟੇ ਦਾ ਤੁਹਾਡਾ ਜਿਹੜਾ ਪੇਪਰ ਹੈਗਾ ਕਿ ਜਨਰਲ ਕੈਟਾਗਰੀ ਦੇ ਵਿੱਚ 45% ਨੰਬਰ ਬੋਲ ਲੈਣੇ ਜ਼ਰੂਰੀ ਹੈਗੇ ਨੇ ਕਿ ਇਹ ਸੈਕੰਡ ਪੇਪਰ ਆ ਜਿਹੜਾ ਤੁਹਾਡਾ ਤੇ ਘੱਟੋ ਘੱਟ 45 ਹੋਣਗੇ ਤਾਂ ਮੈਰਿਟ ਦੇ ਵਿੱਚ ਤੁਸੀਂ ਤੁਸੀਂ ਕਨਸੀਡਰ ਹੋਵੋਗੇ ਜੇ ਤੁਹਾਡੇ 44 ਨੰਬਰ ਆਏ ਤਾਂ ਤੁਹਾਨੂੰ ਡਿਸਕਵਾਲਿਫਾਈ ਹੋਇਆ ਕੀਤਾ ਜਾਵੇਗਾ ਚਾਹੇ ਪੋਸਟਾਂ ਸਾਰੀਆਂ ਖਾਲੀ ਰਹਿਣ 44 ਨੰਬਰ ਵਾਲਾ ਨਹੀਂ ਰੱਖਣਾ ਹੈਗਾ ਤੇ ਰਿਜ਼ਰਵ ਕੈਟਾਗਰੀ ਵਾਸਤੇ 35% ਆ 100 ਦੇ ਵਿੱਚੋਂ 35 ਨਾਰਮਲਾਈਜੇਸ਼ਨ ਜਦੋਂ ਇੱਕ ਤੋਂ ਵੱਧ ਸ਼ਿਫਟ ਆਉਂਦੀ ਉਦੋਂ ਇੱਕਦਾਂ ਨੰਬਰ ਵਧਾਉਂਦੇ ਘਟਾਉਂਦੇ ਨੇਗੇ ਹੁਣ ਇਹਦੇ ਸਿਲੇਬਸ ਦੀ ਗੱਲ ਕਰ ਲੈਣੇ ਆ ਪਹਿਲੀ ਗੱਲ ਤਾਂ ਲਾਸਟ ਈਅਰ ਦਾ ਏਐਸਐਸ ਦਾ ਪੇਪਰ ਆ ਜਿਹੜਾ ਤੁਹਾਡਾ ਉਹ ਮੈਂ ਸਾਈਡ ਦੇ ਉੱਪਰ ਸਾਰੇ ਦੇ ਸਾਰੇ ਕੁਐਸਚਨ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਇਹਨੂੰ ਸੋਲਵ ਸੋਲੂਸ਼ਨ ਆ ਜਿਹੜਾ ਪੂਰਾ ਪਿਛਲੇ ਪੇਪਰ ਦਾ ਤਾਂ ਕਿ ਤੁਹਾਨੂੰ ਅੰਦਾਜ਼ਾ ਹੋ ਜਾਵੇ ਵੀ ਕਿੱਦਾਂ ਦੇ ਕੁਐਸਚਨ ਆ ਰਹੇ ਨੇਗੇ ਉਹ ਮੈਂ ਇਸ ਚੈਨਲ ਦੇ ਉੱਪਰ ਬਹੁਤ ਛੇਤੀ ਅਪਲੋਡ ਕਰ ਦੂ ਇੱਕ ਅੱਦੇ ਦਿਨ ਦੇ ਵਿੱਚ ਪਹਿਲੀ ਗੱਲ ਜੇ ਸਿਲੇਬਸ ਦੀ ਗੱਲ ਕਰੀਏ ਰਜੇ ਬੇਸ਼ੱਕ ਕੁਆਲੀਫਿਕੇਸ਼ਨ ਇਹਨਾਂ ਨੇ ਈਸੀਈ ਰੱਖੀ ਹੈਗੀ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਪਰ ਪੇਪਰ ਜਿਹੜਾ ਆਊਗਾ ਉਹ ਇਲੈਕਟ੍ਰੀਕਲ ਦੇ ਜਿਹੜੇ ਸਬਜੈਕਟਸ ਨੇਗੇ ਜਿਵੇਂ ਆਪਾਂ ਨੂੰ B ट्रिपल E ਤਾਂ ਆਪਾਂ ਪੜ੍ਹੀ ਹੈ ਨਾ B ट्रिपल E ਪੜ੍ਹੀ ਹੈਗੀ ਤੁਸੀਂ F W ਜਿਹਨੂੰ ਆਪਾਂ ਕਹਿੰਦੇ ਸੀ ਡਿਪਲੋਮੇ ਦੇ ਵਿੱਚ ਸਾਰਿਆਂ ਨੇ ਚਾਹੇ ਇਲੈਕਟ੍ਰੋਨਿਕਸ ਵਾਲੇ ਚਾਹੇ ਇਲੈਕਟ੍ਰੀਕਲ ਵਾਲੇ ਜਿਹਦੇ ਵਿੱਚ DC ਸਰਕਟਸ ਨੇਗੇ ਜਿਹਦੇ ਵਿੱਚ AC ਸਰਕਟਸ ਨੇਗੇ ਜਿਹਦੇ ਵਿੱਚ ਬੇਸਿਕ ਮਸ਼ੀਨਸ ਦੇ ਕੁਐਸਚਨਸ ਨੇਗੇ ਇਨਸਟਰੂਮੈਂਟੇਸ਼ਨ ਆਗਾ ਇਨਸਟਰੂਮੈਂਟੇਸ਼ਨ ਹੈਗੀ ਨਾ ਟ੍ਰੇਡ ਤਾਂ ਵੀ ਇੰਪੋਰਟੈਂਟ ਆਗਾ ਇਹਦੇ ਵਿੱਚ ਵੀ ਕੁਐਸਚਨ ਬਹੁਤ ਪੁੱਛੇ ਜਾਣ ਦੀ ਉਮੀਦ ਆ ਪਾਵਰ ਸਿਸਟਮ ਹੋ ਗਿਆ ਪਾਵਰ ਸਿਸਟਮ ਹੋ ਗਿਆ ਤੁਹਾਡਾ ਓ ਇੱਕ ਡਿਜੀਟਲ ਇਲੈਕਟ੍ਰੋਨਿਕਸ ਮੋਸਟ ਇੰਪੋਰਟੈਂਟ ਕਿਉਂਕਿ ਇਲੈਕਟ੍ਰੋਨਿਕਸ ਵਾਲੇ ਬੱਚੇ ਨੇ ਇਹਦੇ ਵਿੱਚ ਡਿਜੀਟਲ ਇਲੈਕਟ੍ਰੋਨਿਕਸ ਤੇ ਬੇਸਿਕ ਇਲੈਕਟ੍ਰੋਨਿਕਸ ਬੇਸਿਕ ਇਲੈਕਟ੍ਰੋਨਿਕਸ ਇਹ ਟਾਪਿਕ ਕਰਨੇ ਪੈਣਗੇ ਤੁਹਾਨੂੰ ਬੱਚੇ ਇਹਦੇ ਪ੍ਰੋਪਰ ਕਿਹਦੇ ਕਿਹੜੇ ਟਾਪਿਕ ਨੇਗੇ ਉਹ ਕਰਨੇ ਆਗੇ ਉਹਦੇ ਵਾਸਤੇ ਤੁਹਾਨੂੰ ਰਜੇ ਉਦਾਂ ਲਿਖਿਆ ਹੋਇਆ ਕੁਝ ਨਹੀਂ ਹੈਗਾ ਇਹਨਾਂ ਨੇ ਪਰ ਇਹਦੇ ਵਿੱਚੋਂ ਕਿਹਦੇ ਵਿੱਚੋਂ ਕਿੰਨਾ ਕੁ ਕਰਨਾ ਹੁਣ ਪਾਵਰ ਸਿਸਟਮ ਦੀਆਂ ਕਿਤਾਬਾਂ ਇਹ ਨਹੀਂ ਹੈ ਇਹ 8-800 ਪੇਜ ਦੀ ਕਿੱਕੀ ਕਿਤਾਬ ਆ ਗਈ ਪਰ ਕੀਰੇ ਟਾਪਿਕ ਕਰਨੇ ਕੀ ਪੁੱਛਿਆ ਜਾ ਸਕਦਾ ਉਹਦੇ ਵਾਸਤੇ ਤੁਸੀਂ ਸਾਡਾ ਪੇਡ ਕੋਰਸ ਲੈ ਸਕਦੇ ਹੋਗੇ ਅਸੀਂ ਪੇਡ ਕੋਰਸ ਦੇ ਵਿੱਚ ਏਐਸਐ ਤੇ ਜੇਈ ਦੋੜਿਆਂ ਦੇ ਪੈਚ ਸਾਡੇ ਆਲਰੇਡੀ ਚੱਲ ਰਹੇ ਨੇਗੇ ਤੁਹਾਨੂੰ ਇੱਕ ਚੀਜ਼ ਦੱਸ ਦੇਣਾ ਰਜੀ ਹੁਣ ਥੋੜੀ ਜੀ ਦਿੱਕਤ ਇੱਥੇ ਕੀ ਆਊਗੀ ਜਿਹੜੇ ਤਾਂ ਆਈਟੀਆ ਵਾਲੇ ਬੱਚੇ ਨੇਗੇ ਧਿਆਨ ਨਾਲ ਸੁਣਿਓ ਮੇਰੀ ਗੱਲ ਨੂੰ ਜਿਹੜੇ ਤਾਂ ਹੈਗੇ ਬੱਚੇ ਆਈਟੀਆ ਵਾਲੇ ਬੱਚੇ ਇਹਨਾਂ ਵਾਸਤੇ ਸਿਰਫ ਇੱਕੋ ਹੀ ਹੀ ਲਗਾ ਇਹ ਸਿਰਫ ਆਈਟੀਆ ਦਾ ਕੋਰਸ ਹੀ ਲੈ ਸਕਦੇ ਨੇਗੇ ਕਿਉਂਕਿ ਇਹਦੇ ਵਿੱਚ ਡਿਪਲੋਮੇ ਵਾਲੇ ਬੱਚੇ एलिਜੀਬਲ ਲੇਗੇ ਤਾਂ ਜੇ ਕਿਸੇ ਨੇ 100% ਸਕਿਉਰ ਹੋਣਾਗਾ ਤਾਂ ਘੱਟੋ ਘੱਟ ਉਹਨੂੰ ਜੇਈ ਦਾ ਸਿਲੇਬਸ ਸਾਰਾ ਪੜ੍ਹਨਾ ਪਊਗਾ ਜੇ ਕਿਸੇ ਨੇ ਜੋਬ ਲੈਣੀ ਹੈਗੀ ਕਿਉਂ ਡਿਪਲੋਮੇ ਵਾਲੇ ਬੱਚੇ ਜੇਈ ਵਾਲੇ ਬੱਚੇ ਡਿਪਲੋਮੇ ਵਾਲੇ ਸਾਰੇ ਇਹਨੂੰ ਪੜ੍ਹ ਸਕਦੇ ਨੇਗੇ ਤਾਂ ਕੰਪੀਟੀਸ਼ਨ ਦੇਣ ਵਾਸਤੇ ਜੇਈ ਇਲੈਕਟ੍ਰੀਕਲ ਦੇ ਬੱਚੇ ਹੋਣਗੇ ਤਾਂ ਇਹ ਨਾ ਸੋਚੋ ਵੀ ਕੱਲੀ ਆਈਟੀਆਈ ਦੇ 5-7 ਕ ਲੈਕਚਰ ਕਰਕੇ ਆਪਾਂ ਪੇਪਰ ਕਲੀਅਰ ਕਰ ਲਾਂਗੇ ਤਾਂ ਤੁਹਾਨੂੰ ਜੇਈ ਦਾ ਜੇ ਕਿਸੇ ਨੇ ਸਿਲੇਬਸ ਕੀਤਾ ਹੋਊਗਾ ਜਿਹੜੇ ਡਿਪਲੋਮਾ ਜਿਵੇਂ ਈਸੀ ਦਾ ਜਿਨ੍ਹਾਂ ਨੇ ਡਿਪਲੋਮਾ ਕੀਤਾ ਰ ਜੇ ਜੇਈ ਦਾ ਸਾਰਾ ਸਿਲੇਬਸ ਉਹਨਾਂ ਨੂੰ ਸਮਝ ਆ ਸਕਦਾ ਹੈਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਐਨਾ ਸੌਖੇ ਤਰੀਕੇ ਨਾਲ ਕਰਵਾਇਆ ਹੋਇਆ ਵੀ ਇੱਕ ਵੀ ਦਿੱਕਤ ਨਹੀਂ ਆਉਣ ਦਿੰਦਾ ਹੈਗਾ ਤੁਹਾਨੂੰ ਤਾਂ ਜੇ ਕੋਸ਼ਿਸ਼ ਕਰੋਗੇ ਤੇ ਪ੍ਰੋਪਰ ਇਹਦਾ ਕੋਰਸ ਪਰਚੇਸ ਕਰਕੇ ਇਹਦੀ ਤਿਆਰੀ ਕਰ ਲਓ ਨੰਬਰ ਤੁਹਾਨੂੰ ਮੈਂ ਦੱਸ ਦਿੰਨਾਗਾ 79528208 ਜਾਂ 9646810103 ਇਹਨਾਂ ਨੰਬਰਾਂ ਦੇ ਉੱਪਰ ਕਾਲ ਕਰਕੇ ਕੋਰਸ ਬਾਰੇ ਤੁਸੀਂ ਪੁੱਛ ਸਕਦੇ ਹੋ ਤਾਂ ਬੱਚੇ ਆਲ ਦਾ ਵੈਰੀ ਬੈਸਟ ਈਸੀਈ ਨੂੰ ਮੈਂ ਸਪੈਸ਼ਲ کہہ ਰਿਆਂਗਾ ਤੁਹਾਡੇ ਵਾਸਤੇ ਕਦੇ ਕੁਝ ਨਹੀਂ ਕਿਸੇ ਨੇ ਕੀਤਾ ਸੀਗਾ ਸਰਕਾਰ ਨੇ ਤਾਂ ਪੀਐਸਪੀਸੀਐਲ ਪੀਐਸਪੀਸੀਐਲ ਹੀ ਹੈ ਡਿਪਾਰਟਮੈਂਟ ਜਿਹੜਾ ਤੁਹਾਡੇ ਵਾਸਤੇ ਸਰਕਾਰੀ ਨੌਕਰੀਆਂ ਕੱਢਦਾ ਹੈਗਾ ਤਾਂ ਕੋਸ਼ਿਸ਼ ਕਰੋ ਰਜੇ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਤਿਆਰੀ ਕਰੋ ਅਪੀਅਰ ਹੋਵੋ ਪੇਪਰ ਕੱਢੋ ਆਲ ਦਾ ਵੈਰੀ ਬੈਸਟ